ਗ੍ਰਾਇਆ ਨੇੜਲੇ ਪਿੰਡ ਬੋਪਾਰਾਏ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਿਸਾਨੀ ਝੰਡੇ ਹੇਠ ਤੀਆਂ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਪਰਮਜੀਤ ਪੰਮਾ ਅਤੇ ਬੀਬੀਆਂ ਨੇ ਦੱਸਿਆ ਕਿ ਪੂਰੇ ਪਿੰਡ ਵਾਸੀਆਂ ਵੱਲੋਂ ਇਹ ਤਿਉਹਾਰ ਸਾਉਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਰਲ ਮਿਲ ਕੇ ਬਣਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਕੁੜੀਆਂ ਨੌਹਾਂ ਵੱਲੋਂ ਬੋਲੀਆਂ ਪਾ ਕੇ ਪਿੰਗਾਂ ਝੂਟ ਕੇ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਅੱਜ ਸਾਉਣ ਦੇ ਮਹੀਨੇ 'ਚ ਸਾਰੀ ਧੀਆਂ ਅਤੇ ਨੌਹਾਂ ਇਕੱਠੀਆਂ ਹੋ ਕੇ ਇੱਥੇ ਧੀਆਂ ਦਾ ਤਿਉਹਾਰ ਮਨਾ ਰਹੀਆਂ ਹੈ। ਇਹ ਧੀਆਂ ਦਾ ਤਿਉਹਾਰ ਮੋਸਟਲੀ ਜਿੱਥੇ ਧੀਆਂ ਪੇਕੇ ਜਾਂਦੀਆਂ ਹੈ ਉੱਥੇ ਇਕੱਠੀਆਂ ਹੁੰਦੀਆਂ ਹੈ ਅਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਧੀਆਂ ਅੱਜ ਦੇ ਦਿਨ ਨੱਚਦੀਆਂ ਟੱਪਦੀਆਂ ਆ, ਸਹੇਲੀਆਂ ਨੂੰ ਮਿਲਦੀਆਂ ਹੈ ਅਤੇ ਆਪਣੇ ਦੁੱਖ ਸੁੱਖ ਵੀ ਫਲੋਰਦੀਆਂ ਅਤੇ ਖੁਸ਼ੀਆਂ ਨਾਲ ਸਾਰਾ ਦਿਨ ਗੱਲਾਂ ਮਾਰਦੀਆਂ ਰਹਿੰਦੀਆਂ ਅਤੇ ਖਾਂਦੀਆਂ ਪੀਂਦੀਆਂ ਹੈਗੀਆਂ। ਅਤੇ ਅੱਜ ਦੇ ਦਿਨ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਵੀ ਕੀਤਾ ਗਿਆ ਹੈ, ਤੇ ਸਾਰੇ ਇੱਥੇ ਨੱਚੇ ਟੱਪੇ ਹੈ। ਜਿੰਨੀਆਂ ਵੀ ਲੇਡੀਜ਼ ਹੈ, ਨੋਹਾਂ ਹੈ, ਸਾਰੀਆਂ ਇੱਥੇ ਇਕੱਠੀਆਂ ਹੋਈਆਂ, ਸਾਰਿਆਂ ਨੇ ਆਪਣੇ ਤੋਂ ਛੋਟੇ ਨੂੰ ਆਸ਼ੀਰਵਾਦ ਵੀ ਦਿੱਤਾ ਹੈ ਅਤੇ ਖੂਬ ਖੁਸ਼ੀਆਂ ਮਨਾਈਆਂ ਗਈਆਂ। ਥੈਂਕ ਯੂ। ਅੱਜ ਪਿੰਡ ਬੋਪਾਰਾਏ ਵਿਖੇ ਤੀਆਂ ਦਾ ਮੇਲਾ ਤਿਉਹਾਰ ਮਨਾਇਆ ਜਾ ਰਿਹਾ। ਇਹ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਮਨਾਇਆ ਗਿਆ ਹੈ। ਅੱਜ ਇਹਦੇ ਵਿੱਚ ਅਸੀਂ ਪਿੰਗਾਂ ਲਗਾਈਆਂ ਸੀਗੀਆਂ, ਪਿੰਗਾਂ ਝੂਟੀਆਂ ਸਾਰਿਆਂ ਨੇ, ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ, ਉਹਨਾਂ ਸਭ ਨੇ ਪਿੰਗਾਂ ਝੂਟੀਆਂ। ਹਾਂਜੀ, ਅੱਜ ਜਿਹੜਾ ਸਾਉਣ ਦਾ ਮਹੀਨਾ ਚੜ੍ਹਿਆ ਆ, ਇਹ ਸਾਉਣ ਦੇ ਤਿਉਹਾਰ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਪੈਣਾਂ ਆ, ਨਵੀਆਂ ਵਿਆਹੀਆਂ ਆ, ਇਹ ਇੱਕ ਥਾਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਿਲਦੀਆਂ ਆ, ਆਪਣਾ ਦੁੱਖ ਸੁੱਖ ਸਾਂਝੀਆਂ ਕਰਦੀਆਂ ਆ। ਇਹਦੇ ਸੰਬੰਧ ਵਿੱਚ ਜਿਹੜਾ ਇਹ ਅਸੀਂ ਇਹ ਤਿਉਹਾਰ ਮਨਾਇਆ ਜਾਂਦਾ ਆ, ਸਾਰੀਆਂ ਧੀਆਂ ਭੈਣਾਂ ਜਿਹੜੀਆਂ ਇਹ ਰਲ ਮਿਲ ਕੇ ਆਪਣਾ ਦੁੱਖ ਸੁੱਖ ਸਾਂਝਾ ਕਰਦੀਆਂ ਅਤੇ ਬੋਲੀਆਂ ਪਾਉਂਦੀਆਂ ਆ, ਨੱਚਦੀਆਂ ਆ, ਟੱਪਦੀਆਂ ਆ। ਇਹਦੇ ਸੰਬੰਧ ਵਿੱਚ ਜਿਹੜਾ ਇਹ ਅਸੀਂ ਆਪਣਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਇਹ ਮਨਾਇਆ ਆ, ਜਿਹੜਾ ਪ੍ਰੋਗਰਾਮ ਆ ਜਿਹੜਾ ਅਸੀਂ ਕਿਸਾਨੀ ਝੰਡੇ ਹੇਠ ਮਨਾਇਆ ਆ, ਕਿਸਾਨਾਂ ਦਾ ਜਿਹੜਾ ਹੌਂਸਲਾ ਜਿਹੜਾ ਬੁਲੰਦ ਕਰਨ ਦੇ ਲਈ, ਜਿਹੜੇ ਦਿੱਲੀ ਦੇ ਵਿੱਚ ਵੱਧਦੇ ਮੀਂਹ ਦੇ ਵਿੱਚ ਬੈਠੇ ਆ, ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਇਹ ਜਿਹੜਾ ਆਪਣਾ ਪ੍ਰੋਗਰਾਮ ਆ, ਤੀਆਂ ਦਾ ਤਿਉਹਾਰ ਆ, ਇਹ ਆਪਣੀਆਂ ਮਾਵਾਂ ਭੈਣਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਆਪਣੇ ਕਿਸਾਨ ਉੱਥੇ ਦਿੱਲੀ ਦੇ ਲੜਦੇ ਆ ਆਪਣੇ ਸੰਘਰਸ਼ਾਂ ਦੇ ਲਈ, ਤੁਹਾਡੇ ਜਿਹੜੇ ਆ ਕੰਮ ਦੇ ਲਈ ਉੱਥੇ ਲੜਦੇ ਆ, ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਅਸੀਂ ਅਲੀਕਿਆ ਸੀ, ਇਹ ਅੱਜ ਮਨਾਇਆ ਆ ਸਾਰਿਆਂ ਦੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਜਨ ਮਨਾ ਰਹੇ ਆ। ਗ੍ਰਾਇਆ ਤੋਂ ਅਮਿਤ ਸ਼ਰਮਾ ਦੀ ਰਿਪੋਰਟ। ਤੰਤਰ ਮੰਤਰ ਸ਼ਕਤੀਆਂ ਦੇ ਬੇਤਾਜ ਬਾਦਸ਼ਾਹ ਮੂਸਾ ਖਾਨ, ਕਾਲੇ ਇਲਮ ਦਾ ਚਮਤਕਾਰ ਸਿਰਫ 11 ਮਿੰਟਾਂ ਵਿੱਚ ਵੇਖੋ। ਸਮੱਸਿਆ ਭਾਵੇਂ ਕਿੱਡੀ ਵੀ ਹੋਵੇ, ਹੁਣ ਤੁਹਾਨੂੰ ਨਹੀਂ ਘਬਰਾਉਣ ਦੀ ਲੋੜ। ਜਿਵੇਂ ਕਾਰੋਬਾਰ ਵਿੱਚ ਘਾਟਾ, ਪਤੀ ਪਤਨੀ ਵਿੱਚ ਅਣਬਣ, ਸੌਂਦਨ ਦੁਸ਼ਮਣ ਤੋਂ ਛੁਟਕਾਰਾ, ਨਸ਼ਾ ਛੁਡਾਉਣਾ, ਬੱਚਿਆਂ ਦਾ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕਚਹਿਰੀ ਵਿੱਚ ਜਿੱਤ ਪਾਉਣਾ, ਘਰ ਜਾਂ ਵਪਾਰ ਵਿੱਚ ਬਰਕਤ ਨਾ ਹੋਣਾ, ਨੌਕਰੀ ਜਾਂ ਤਰੱਕੀ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਸ਼ਾਦੀ ਵਿਆਹ ਵਿੱਚ ਰੁਕਾਵਟ, ਜਾਦੂ ਟੂਣਾ ਕੀਤਾ ਕਰਾਇਆ, ਖੂਨ ਦੇ ਚਿੱਟੇ ਆਉਣਾ, ਘਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਣਾ ਆਦਿ, ਏ ਟੂ ਜੈਡ ਸਮੱਸਿਆਵਾਂ ਦਾ ਸਮਾਧਾਨ ਸਿਰਫ ਕੁਝ ਮਿੰਟਾਂ ਵਿੱਚ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਪੜ੍ਹੇ ਲਿਖੇ ਦੱਸਣ ਵਾਲੇ ਢੋਂਗੀ ਬਾਬਿਆਂ ਤੋਂ ਬਚੋ, ਕਾਲੇ ਰੂਹਾਨੀ ਇਲਮ ਦਾ ਤੋੜ ਸਿਰਫ ਸਾਡੇ ਕੋਲ, ਹੁਣੇ ਕਾਲ ਕਰੋ 98725 44144।